ਬਾਈ 2 ਫੁੱਟ ਦਾ ਮਾਰ ਦੇ। ਮਾਰਬਲ ਦਾ ਨਾਂ ਕੀ ਹੈ? ਸਿੱਪੀ। ਸਿੱਪੀ ਸਿੱਪੀ ਦੇ ਵਿੱਚ ਨੁਕਸਾਨ ਹੁੰਦੇ ਨੇ। ਟਵੀਰੇ ਚੰਦੇ ਜੀ ਅਸੀਂ ਮਾਰਬਲ ਫੈਕਟਰੀ ਦੇ ਟੋਟੇ ਇਸ ਟਾਈਮ ਅੱਲਾ ਖੈਰ ਕਰੇ ਨਹੀਂ ਨਾ ਮੌਸਮ ਹੋ ਜਾਣਾ ਚਾਹੀਦਾ, ਜਾਣਕਾਰੀ ਹੋਣੀ ਚਾਹੀਦੀ ਹੈ। ਮਤਲਬ ਜੀ ਬਹੁਤ ਮਿਹਨਤੀ ਮਿਹਨਤ ਹੋ ਰਹੀ ਜੀ, ਬੰਦੇ ਵੀ ਬਹੁਤ ਮਿਹਨਤੀ ਨੇ। ਦੁਨੀਆ ਕੀਤਾ ਜਾ ਰਿਹਾ, ਦੁਨੀਆ ਚ ਮੇਰਾ ਵੇਦ ਵੱਟ ਕੇ ਇਹਨੂੰ ਦੁਨੀਆ ਚ ਮੇਰਾ ਵੇਦ ਕੀਤਾ ਜਾ ਰਿਹਾ।
ਆਪਾਂ ਪਹਿਲੇ ਕਟਾਈ ਕੀਤੀ ਹੈ, ਕਟਾਈ ਕੀਤੀ ਹੈ ਸਾਰੀਆਂ ਪਾਲਸ਼ਾਂ ਵਾਲੀਆਂ ਡਿੱਕਾਂ ਨੇ, ਸਾਰੀਆਂ ਲਾਉਂਦੇ ਇੱਕ ਹੀ ਲਾਉਂਦੇ ਆ ਜਿਹੜੀ ਇੱਕ ਹੀ ਸਾਰੀਆਂ ਲੱਗਦੀਆਂ ਤਾਂ ਭਾਵੇਂ ਜੋ ਵੀ ਹੈ ਮਾਰਬਲ ਆ ਸਹੀ ਨਿਕਲਦਾ ਵਾ ਹੈ ਨਾ, ਦਰੇੜਾ ਨਹੀਂ ਆਇਆ ਇਹਦੇ 'ਚ ਹੈ ਨਾ, ਅਤੇ ਸੀੜੀ ਤਾਂ ਤਿਆਰ ਕਰ ਰਹੇ, ਸੀੜੀ ਤਾਂ ਮਾਰਬਲ ਤਿਆਰ ਕਰਨ ਦੇ ਸੋਲਰ ਤਾਂ ਕਿਹੜੀ ਚੱਲਦੀ ਮੋਟਰ, ਸੋਲਰ ਤਾਂ ਕਿਹੜੀ ਚੱਲਣ ਡੀ, ਸੈਂਟਰ ਵਾਲੀ ਆ ਭਾਈ ਉਹਨੂੰ ਪਾਲਿਸ਼ ਕਰਨ ਲੱਗੇ ਕਟਾਈ ਕਰਦੇ ਨੇ ਸਾਨੂੰ, ਕਟਾਈ ਸਾਰੀ ਕਰ ਲੈਂਦੇ ਹੋ ਮੈਂ ਮਾਰਬਲ ਲਾਉਂਦਾ ਕਟਾਈ ਕਰਦੇ ਪੰਪ ਦਾ ਆਰਡਰ ਨਹੀਂ ਆਇਆ ਇੱਕ ਮਿੰਟ ਯਾਰ ਵੀਡੀਓ ਬਣਾਉਣ ਦੇ ਬੰਦੇ ਦੀ ਚੱਲ ਯਾਰ ਹਾਂਜੀ ਚੀਜ਼ ਤੋਂ ਪਾਲਿਸ਼ ਹੋ ਰਹੀ ਮਾਰਬਲ ਨੂੰ ਮਾਰਬਲ ਇਹ ਬੰਦੇ ਰੇਤ ਮਾਰ ਮਾਰਦੇ ਨੇ ਇਸ ਤਰ੍ਹਾਂ ਦੀ ਸਫਾਈ ਹੁੰਦੀ ਹੁੰਦੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਸਾਡਾ ਕੰਮ ਕੋਈ ਨੀ ਅਸੀਂ ਸਵੇਰੇ ਜਾ ਕੇ ਲਾਉਣਾ ਵਾ ਇਹ ਹਿਸਾਬ ਲਾ ਲਾ ਅੱਛਾ ਮਾਰਬਲ ਫੈਕਟਰੀ ਕੰਮ ਹੈ ਛੋਟੀ ਜਿਹੀ ਫੈਕਟਰੀ ਹੈ
ਕਾਰੋਬਾਰ 'ਚ ਵੀ ਬਹੁਤ ਜ਼ਿਆਦਾ ਰੁਪਈਆ ਚੈੱਕ ਕਰ ਸਕਦੇ ਹੋ ਇਸ ਟਾਈਮ। ਇਹਨੂੰ ਪਹਿਲੇ ਦੁਨੀਆ 'ਚ ਕੀਤਾ ਜਾਂਦਾ, ਫਿਰ ਕਟਾਈ ਕੀਤੀ ਜਾਂਦੀ ਹੈ। ਇਹਨਾਂ ਪਲੇਟਾਂ ਵੱਡੀਆਂ ਹੁੰਦੀਆਂ ਨੇ, ਬੜੇ ਸਾਈਜ਼ ਦੀਆਂ ਪਲੇਟਾਂ, ਇਹਨਾਂ ਨੂੰ ਕੱਟ ਕੇ ਬਰੀਕ ਕੀਤਾ ਜਾਂਦਾ, ਦੁਨੀਆ 'ਚ ਕੀਤਾ ਜਾਂਦਾ, ਬਰੀਕ ਕੀਤਾ ਜਾਂਦਾ। ਫੈਕਟਰੀ ਦਾ ਨਾਮ ਹੀ ਦੇਖ ਲੈਂਦੇ ਆਪਾਂ, ਉਹ ਮਾਰਬਲ ਬਾਹਰ ਪਿਆ ਵਾ ਜਿਹੜਾ ਕਿਚਨ 'ਚ ਲੱਗਦਾ 2 ਫੁੱਟ ਦਾ ਲੰਬਾ।